ਆਪਣਾ ਆਪਣਾ ਹੀ ਹੁੰਦਾ। ਇਹ ਮੈਨੂੰ ਲੱਗਦਾ ਆਪਣੀ ਇੰਡਸਟਰੀ ਹੈ, ਆਪਣੀ ਜ਼ਮੀਨ, ਆਪਣੀ ਭਾਸ਼ਾ। ਇੱਥੇ ਜੇ ਕੰਮ ਨਾ ਮਿਲੇ ਤਾਂ ਸਾਨੂੰ ਬਾਹਰ ਜਾਣਾ ਪਵੇ ਤਾਂ ਚੰਗੀ ਗੱਲ ਨਹੀਂ ਹੈਗੀ। ਅਤੇ ਇਹ ਜੀਤ ਦੇ ਐਕਸਪੀਰੀਅੰਸ ਤੋਂ, ਇਹਦੇ ਐਕਸਪੀਰੀਅੰਸ, ਸਾਡੇ ਸਾਰਿਆਂ ਦੇ ਐਕਸਪੀਰੀਅੰਸ ਤੋਂ, ਇਹਦੀ ਪਹਿਲੀ ਫਿਲਮ ਹੈ, ਕਿੰਨੀ ਇਹਦੇ ਮਾਂ ਪਿਓ ਦਾ ਰਿਐਕਸ਼ਨ ਕਿੰਨਾ ਜ਼ਬਰਦਸਤ ਹੋਏਗਾ। ਉੱਦਾਂ ਹੀ ਮੈਂ ਆਪਣੇ ਮਾਂ ਪਿਓ ਦੀ ਅੱਖਾਂ 'ਚੋਂ ਦੇਖਦਾ ਕਿ ਹੁਣ ਉਹ ਜਦੋਂ ਪਹਿਲੀ ਵਾਰੀ ਥੀਏਟਰ ਜਾ ਕੇ ਦੇਖਣਗੇ ਮੇਰੀ ਪਹਿਲੀ ਪੰਜਾਬੀ ਫਿਲਮ, ਵਾਹਿਗੁਰੂ, ਬਹੁਤ ਵੱਡੀ ਗੱਲ ਆ। ਵੀਰੇ ਮੈਨੂੰ ਥੋੜ੍ਹੀ ਸੋਹਣੀ ਗੱਲ ਪਤਾ ਕੀ ਲੱਗੀ, ਮੈਂ ਪਿੱਛੇ ਮੇਰਾ ਗੱਲ ਕਰਦੇ ਹਾਂ ਯਾਰ, ਬਾਈ ਉਹਨਾਂ 'ਚ ਐਨਰਜੀ ਬਹੁਤ ਆ ਭਾਈ, ਕਿਉਂਕਿ ਦਬੀ ਹੋਈ ਹੈ ਨਾ ਇੰਨੇ ਸਾਲਾਂ ਦੀ। ਹਾਂ, ਐਨਰਜੀ ਹੈਗੀ ਆ, ਬਟ ਇਹ ਉਹ ਐਨਰਜੀ ਹੈਗੀ ਆ, ਇਹ ਗੁੱਸੇ ਵਾਲਾ ਵੀ ਐਨਰਜੀ ਹੈਗੀ ਆ। ਤੁਸੀਂ ਮੈਂ 2008 ਵਿੱਚ ਭਾਜੀ ਪਹਿਲਾ ਰਿਐਲਿਟੀ ਸ਼ੋਅ ਕੀਤਾ ਸੀਗਾ, ਮੈਂ ਤਦ ਦਾ ਕਲੀਅਰ ਸੀਗਾ ਕਿ ਮੈਨੂੰ ਜ਼ਿੰਦਗੀ 'ਚ ਕੀ ਕਰਨਾ। 2008 ਦੀ ਗੱਲ ਆ, 2024 ਹੈ ਪਹਿਲੀ ਪੰਜਾਬੀ ਫਿਲਮ 'ਚ ਆਉਣ ਲਈ, 16 ਸਾਲ ਦਾ ਇੰਤਜ਼ਾਰ ਪਹਿਲੀ ਪੰਜਾਬੀ ਫਿਲਮ ਲਈ। ਆਡੀਸ਼ਨ ਦਿੱਤੇ ਤੁਸੀਂ? ਇੱਕ ਇੱਕ ਬੰਦੇ ਨੇ ਇੱਥੇ ਭਾਜੀ ਆਡੀਸ਼ਨ ਦਿੱਤੇ, ਲੇਕਿਨ ਅਨਫੋਰਚੂਨੇਟਲੀ ਪੰਜਾਬ 'ਚ ਭਾਜੀ ਕੌਣ ਆਡੀਸ਼ਨ ਲੈਂਦਾ ਇੱਥੇ? ਇੱਥੇ ਕੋਈ ਕਾਸਟਿੰਗ ਡਾਇਰੈਕਟਰ ਨਹੀਂ ਹੈਗਾ, ਇੱਥੇ ਸਮਝ ਹੀ ਨਹੀਂ ਆਉਂਦਾ ਪੰਜਾਬੀ ਕਿ ਪੰਜਾਬੀ ਇੰਡਸਟਰੀ ਕਿੱਦਾਂ ਵਰਕ ਕਰ ਰਹੀ ਹੈਗੀ ਹੈ। ਇਹ ਬਹੁਤ ਅਫਸੋਸ ਦੀ ਗੱਲ ਹੈ। ਇਹ ਵੀ ਇੱਕ ਮੁੱਦਾ ਹੈਗਾ ਜਿਹੜਾ ਐਡਰੈਸ ਹੋਣਾ ਚਾਹੀਦਾ ਹੈਗਾ। ਅਤੇ ਮੈਨੂੰ ਇੰਨੀ ਖੁਸ਼ੀ ਹੈਗੀ ਹੈ ਕਿ ਇਸ ਇਹ ਮੇਕਰਸ ਦੇ ਥਰੂ ਮੈਂ ਕਹਿਣਾ ਚਾਹੁੰਦਾ ਕਿ ਥੈਂਕ ਯੂ ਫੋਰ ਗਿਵਿੰਗ ਅਸ ਦਿਸ ਓਪਰਚੁਨਿਟੀ। ਥੈਂਕ ਯੂ ਇਹਨੂੰ ਇੰਦੌਰ ਤੋਂ ਬੁਲਾਉਣ ਲਈ, ਥੈਂਕ ਯੂ ਇਹਨੂੰ ਹਰਿਆਣੇ ਤੋਂ ਬੁਲਾਉਣ ਲਈ, ਥੈਂਕ ਯੂ 16 ਸਾਲ ਬਾਅਦ ਮੈਨੂੰ ਮੇਰੀ ਪੰਜਾਬੀ ਪਹਿਲੀ ਫਿਲਮ ਦੇਣ ਲਈ। ਮੈਂ ਤੁਹਾਡੇ ਇਮੋਸ਼ਨ ਸਮਝ ਸਕਦਾ, ਮੇਰਾ ਗੁੱਸਾ ਹੈ। ਇਸ ਤੋਂ ਪਹਿਲਾਂ ਤੁਸੀਂ ਅਪਰੋਚ ਕੀਤਾ ਵੀ ਕਿਸੇ ਪ੍ਰੋਡਕਸ਼ਨ ਹਾਊਸ ਤੱਕ ਤੁਸੀਂ ਜਾਓ, ਕਿਸੇ ਪ੍ਰੋਡਿਊਸਰ ਤੱਕ ਜਾਓ? ਹਾਂਜੀ, ਮੈਂ ਸਟਾਰ ਪਲੱਸ 'ਤੇ ਰਿਐਲਿਟੀ ਸ਼ੋਅਜ਼ ਕੀਤੇ ਨੇ, ਬਿਲਕੁਲ, ਮੈਂ ਲਾਈਫ ਹੋ ਗਈ, ਮਲਿਕਾ ਸ਼ਰਾਵਤ ਨਾਲ ਰਿਐਲਿਟੀ ਸ਼ੋਅ ਕੀਤੇ, ਮੈਂ ਚਮਕੀਲਾ ਕੀਤੀ, ਮੈਂ ਏਅਰਲਿਫਟ ਕੀਤੀ, ਮੈਂ ਕੋਈ ਪਲੇਟਫਾਰਮ, ਮੈਂ ਸਾਰੀਆਂ ਐਡਸ ਕੀਤੀਆਂ, ਉਹ ਸਭ ਕੁਝ ਪਹੁੰਚਿਆ ਹੋਇਆ। ਮੈਨੂੰ ਸਾਰੇ ਪ੍ਰੋਡਿਊਸਰਾਂ ਨੇ ਇੱਕ ਗੱਲ ਕੀਤੀ, ਤੁਸੀਂ ਗਾਣਾ ਗਾਉਂਦੇ ਹੋ? ਤੁਸੀਂ ਇਹ ਕਹਿੰਦੇ ਵੀ ਇੱਥੇ ਸਿੰਗਰ ਐਕਟਰ ਹੈ ਹੀ ਆ ਭਾਜੀ, ਇਹਦੇ 'ਤੇ ਡਾਊਟ ਹੀ ਨਹੀਂ ਹੈਗਾ ਭਾਜੀ, ਡਾਊਟ ਹੀ ਨਹੀਂ ਹੈਗਾ, ਚੰਗੀ ਗੱਲ ਹੈ। ਮੈਂ ਤਾਂ ਕਹਿੰਦਾ ਸਿੰਗਰ ਐਕਟਰ ਕਿਉਂ ਨਹੀਂ ਹੋ ਸਕਦੇ, ਇਫ ਯੂ ਆਰ ਗੁੱਡ ਬਣੋ। ਮਾੜੀ ਗੱਲ ਕੀ ਹੈ ਕਿ ਤੁਸੀਂ ਦੂਜਿਆਂ ਨੂੰ ਮੌਕਾ ਹੀ ਨਹੀਂ ਦੇ ਰਹੇ ਹੋ। ਇੰਡਸਟਰੀ ਇੱਦਾਂ ਕਿੱਦਾਂ ਵਧੇਗੀ, ਤੁਹਾਡੇ ਵਿਊਅਰਸ ਕਿੱਦਾਂ ਵਧਣਗੇ? ਕਿਉਂ ਹੁਣ ਲੋਕ ਫਿਰ ਪੰਜਾਬੀ ਫਿਲਮਾਂ ਦੇਖਣਾ ਛੱਡ ਦੇਣਗੇ? ਨਵੇਂ ਚਿਹਰਿਆਂ ਨੂੰ ਮੌਕਾ ਕਦੋਂ ਮਿਲਣਾ? ਇਹੀ ਟਾਈਮ ਹੈਗਾ ਭਾਜੀ, ਹੁਣ ਨਹੀਂ, ਹੁਣ OTT ਨੇ ਪ੍ਰੂਫ ਕਰਤਾ ਹੈਗਾ। OTT ਤੁਸੀਂ ਚਲਾਉਂਦੇ ਹੋ, ਤੁਸੀਂ ਕੋਈ ਲੱਭਦੇ ਹੋ ਵੱਡਾ ਚਿਹਰਾ? ਨਾ, ਤੁਸੀਂ ਚੰਗਾ ਕੰਟੈਂਟ ਲੱਭਦੇ ਹੋ। ਮੈਂ ਤੁਹਾਡੀ ਗੱਲ ਕਰ ਰਿਹਾ, ਤੁਸੀਂ ਕਹਿ ਰਹੇ ਸੀ ਵੀ ਹਲੇ ਸਾਡਾ ਸਿਨੇਮਾ ਮੈਚੋਰ ਨਹੀਂ ਹੋਇਆ, ਤੁਸੀਂ ਇਸ ਗੱਲ ਨਾਲ ਐਗਰੀ ਹੋ ਵੀ? ਹਾਂ, ਕਿਉਂਕਿ ਸਾਡਾ ਸਿਨੇਮਾ, ਮੈਨੂੰ ਲੱਗਦਾ ਜੇ ਅਸੀਂ ਅਰਦਾਸ ਵਰਗੀਆਂ ਫਿਲਮਾਂ ਬਣਾਉਂਦੇ ਹਾਂ, ਵੀ ਰਜਨੀ ਵਰਗੀ ਫਿਲਮ ਬਣਾਉਂਦੇ ਹਾਂ ਭਾਜੀ, ਕੰਟੈਂਟ ਮੈਂ ਮੰਨ ਗਿਆ, ਤੁਸੀਂ ਕੰਟੈਂਟ ਨਾਲ ਐਕਸਪਲੋਰ ਕਰ ਰਹੇ ਹੋ, ਚਿਹਰਿਆਂ ਨਾਲ ਐਕਸਪਲੋਰ ਕਦੋਂ ਕਰੋਗੇ? ਤੁਹਾਡਾ ਇਹ ਗਿਲਾ ਵੀ ਫਰੈਸ਼ ਚਿਹਰੇ ਨਹੀਂ ਆ ਰਹੇ, ਬਹੁਤ ਵੱਡਾ ਗਿਲਾ, ਬਹੁਤ ਵੱਡਾ ਗਿਲਾ। ਫਰੈਸ਼ ਉਹ ਜਿਹੜੇ ਆਲਰੇਡੀ ਹੈਗੇ ਨੇ ਉਹਨਾਂ ਨੂੰ ਤਾਂ ਕਰਨਾ ਹੀ ਚਾਹੀਦਾ ਹੈਗਾ, ਬਟ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਅਗਲੀ ਜਨਰੇਸ਼ਨ ਨੂੰ ਨਾਲ ਲੈ ਕੇ ਚੱਲੇ। ਅਗਲੀ ਜਨਰੇਸ਼ਨ ਤੋਂ, ਉਹਨਾਂ ਦੀ ਅਗਲੀ ਜਨਰੇਸ਼ਨ ਨਹੀਂ ਕਹਿ ਰਿਹਾ ਮੈਂ, ਅਗਲੀ ਜਨਰੇਸ਼ਨ ਜੇ ਅਸੀਂ ਉਹਨਾਂ ਤੱਕ, ਆਪਣੀ ਜਨਰੇਸ਼ਨ ਜੇ ਤੁਸੀਂ ਜਾਓ ਹੁਣ ਭਾਜੀ, ਸੋਰੀ ਇੱਕ ਚੀਜ਼ ਕਹੂੰਗਾ, ਨਹੀਂ ਵੀਰੇ ਕੋਈ ਚੱਕਰ, ਚਮਕੀਲਾ ਵਿੱਚ ਕਾਸਟਿੰਗ ਡਾਇਰੈਕਟਰ ਤੇ ਡਾਇਰੈਕਟਰ ਇਮਤਿਆਜ਼ ਸਰ ਚੰਡੀਗੜ੍ਹ ਤੱਕ ਆਏ ਸੀਗੇ ਟੈਗੋਰ ਥੀਏਟਰ 'ਚ ਆਡੀਸ਼ਨ ਲੈਣ, ਪਿੰਡਾਂ ਵਿੱਚ ਗਏ ਸੀਗੇ ਆਡੀਸ਼ਨ ਲੈਣ। ਕਿਉਂ? ਔਥੈਂਟਿਕ ਚਿਹਰੇ ਚਾਹੀਦੇ ਸੀਗੇ, ਉਸ ਕਿਰਦਾਰ ਲਈ ਜਿਹੜਾ ਚਿਹਰਾ ਸਹੀ ਹੈ ਉਹ ਚਾਹੀਦਾ ਸੀਗਾ। ਕਿਉਂ ਇਹਨੂੰ ਇੰਦੌਰ ਤੋਂ ਲਿਆ ਗਿਆ? ਕਿਉਂਕਿ ਇਹੀ ਸੰਜੂ ਐਮਏ ਹੈ, ਇਹੀ ਸੁੱਖਾ ਹੈ। ਹੁਣ ਇੱਥੇ ਆਪਾਂ ਓਬਵੀਅਸਲੀ ਕਿਸੇ ਨੂੰ ਵੀ ਬਿਠਾ ਸਕਦੇ ਸੀਗੇ, ਬਟ ਉਹ ਜਸਟੀਫਾਈਡ ਨਹੀਂ ਹੁੰਦਾ, ਬਿਲਕੁਲ। ਮੈਰਿਟ 'ਤੇ ਆਉਣ ਦੇ ਦਾ ਸਵਾਦ ਹੀ ਅਲੱਗ ਆ। ਤਾਂ ਹੀ ਮੈਂ, ਇਹ ਮੇਰਾ ਗਿਲਾ, ਆਈ ਐਮ ਸੋ ਸੋਰੀ, ਮੈਂ ਥੋੜ੍ਹਾ ਇਮੋਸ਼ਨਲ ਹੋ ਜਾਂਦਾ ਹੈਗਾ ਮੈਂ, ਨਹੀਂ ਵੀਰੇ ਕੋਈ ਚੱਕਰ ਨਹੀਂ, ਬਹੁਤ ਹੈਲਦੀ, ਇਹ ਮੇਰਾ ਦਰਦ ਹੈਗਾ ਜੋ ਮੈਂ ਐਕਸਪ੍ਰੈਸ ਕਰਨਾ ਚਾਹੁੰਦਾ, ਅਤੇ ਮੈਂ ਸੀਰੀਅਸਲੀ ਦਿਲੋਂ
ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਟੂ ਦ ਮੇਕਰਸ ਆਫ ਪੰਜਾਬੀ ਫਿਲਮ ਇੰਡਸਟਰੀ ਕਿ ਤੁਹਾਨੂੰ ਅਗਲੀ ਜਨਰੇਸ਼ਨ ਨੂੰ ਲੈ ਕੇ ਚੱਲਣਾ ਪੈਣਾ ਅੱਗੇ, ਨਹੀਂ ਤਾਂ ਵਿਊਅਰਸ ਵੀ ਕੱਟਣਗੇ ਅਤੇ ਸਾਰੇ ਡਿਸਕਰੇਜ ਹੋ ਜਾਣਗੇ, ਛੱਡ ਦਾਂਗੇ ਆਪਾਂ ਸਾਰੇ। ਅਤੇ ਜਿੱਦਾਂ ਪ੍ਰੋਬਲਮ ਕੀ ਹੈ ਕਿ ਕਿਉਂ ਕਹਿੰਦੇ ਪੰਜਾਬ ਤੋਂ ਸਾਡੇ ਛੱਡ ਕੇ ਕੈਨੇਡਾ ਚੱਲੇ ਗਏ ਓਪਰਚੁਨਿਟੀਜ਼ ਦੀ, ਐਕਸ ਵਾਈ ਜ਼ੈਡ ਓਪਰਚੁਨਿਟੀਜ਼ ਦੀ, ਮੇਰੇ ਵਰਗੇ ਐਕਟਰਸ ਬੋਂਬੇ ਚਲੇ ਜਾਂਦੇ ਨੇ ਇਸੇ ਲਈ ਕਿਉਂਕਿ ਮੌਕਾ ਨਹੀਂ ਦਿੱਤਾ ਜਾ ਰਿਹਾ। ਪਰ ਜਦੋਂ ਅਸੀਂ ਕਿਸੇ ਮੇਕਰ ਨਾਲ ਇਹ ਗੱਲ ਕਰਾਂਗੇ ਵੀ ਨਵੇਂ ਚਿਹਰੇ, ਉਹਨਾਂ ਨੇ ਕਹਿਣਾ ਵੀ ਸਾਨੂੰ ਆ ਕੇ ਮਿਲੋ, ਆਡੀਸ਼ਨ ਦਿਓ ਸਾਨੂੰ, ਅਸੀਂ ਇੱਕ ਨਹੀਂ ਆ, ਕਿਉਂਕਿ ਤੁਸੀਂ ਚਮਕੀਲਾ ਤੱਕ ਇਸ ਤੋਂ ਪਹਿਲਾਂ ਤੁਸੀਂ ਅਪਰੋਚ ਕੀਤੀ ਹੋਣੀ, ਜਦੋਂ ਉਹਨਾਂ ਦੀ ਕਾਲ ਆਈ ਹੋਣੀ ਵੀ ਸਾਨੂੰ ਚਿਹਰੇ ਚਾਹੀਦੇ ਨੇ, ਤੁਸੀਂ